ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੇਰੀ ਸਾਸੰਗਤ ਜੀਓ ਚਾਹੇ ਕੋਈ ਰਾਜਾ ਹੋਵੇ ਚਾਹੇ ਕੋਈ ਪੋਲਿਟਿਕਲ ਹੋਵੇ ਸ੍ਰੀ ਅਕਾਲ ਤਖਤ ਸਾਹਿਬ ਜੋ ਫੈਸਲਾ ਕਰਦਾ ਹੈ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਸ੍ਰੀ ਅਕਾਲ ਤਖਤ ਸਭ ਅਜਿਹਾ ਕੀ ਕਰਦਾ ਹੈ ਜਿਸ ਦੇ ਨਾਲ ਵੱਡੇ ਵੱਡੇ ਪੋਲਿਟਿਸ਼ੀਅਨ ਵੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਕੰਬ ਉੱਠਦੇ ਨੇ ਤੇ ਸੁਖਬੀਰ ਬਾਦਲ ਨੂੰ ਇਹ ਤਨਖਾਈਏ ਵਾਲੀ ਸਜ਼ਾ ਕਿਉਂ ਮਿਲੀ ਇਸ ਦੇ ਪਿੱਛੇ ਅਸਲੀ ਕਾਰਨ ਕੀ ਨੇ ਇਹ ਅੱਜ ਮੈਂ ਤੁਹਾਨੂੰ ਆਪਣੀ ਇਸ ਵੀਡੀਓ ਦੇ ਵਿੱਚ ਦੱਸਦੀ ਹਾਂ ਤੇ ਅੱਜ ਤੱਕ ਕਿਹੜੇ-ਕਿਹੜੇ ਪੋਲੀਟੀਸ਼ੀਅਨ ਤਨਖਾਹਾਂ ਕਰਾਰ ਹੋ ਚੁੱਕੇ ਹਨ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾ ਦਾ ਕਾਨੂੰਨ ਹੀ ਨਹੀਂ ਬਣਾਉਂਦਾ ਤੇ ਉਸ ਨੂੰ ਲਾਗੂ ਕਰਨ ਦੀ ਵੀ ਤਾਕਤ ਰੱਖਦਾ ਹੈ ਇਸ ਦੀ ਸਜ਼ਾ ਤੋਂ ਚਾਹੇ ਕੋਈ ਰਾਜਾ ਹੋਵੇ ਚਾਹੇ ਕੋਈ ਰੰਕ ਹੋਵੇ ਕੋਈ ਵੀ ਨਹੀਂ बच ਸਕਦਾ ਸੁਖਬੀਰ ਬਾਦਲ ਦਾ ਮਾਮਲਾ ਅਕਾਲ ਤਖਤ ਦੀ ਤਾਕਤ ਦੀ ਮਿਸਾਲ ਹੈ ਸਾਲ 2007 ਤੋਂ ਲੈ ਕੇ 17 ਤੱਕ ਸੁਖਬੀਰ ਬਾਦਲ ਪੰਜਾਬ ਦੇ ਡਿਪਟੀ ਸੀਐਮ ਸਨ ਇਸ ਦੌਰਾਨ ਉਹਨਾਂ ਨੇ ਅਜਿਹੇ ਕੁਝ ਫੈਸਲੇ ਲਏ ਜਿਸ ਨਾਲ ਸਿੱਖ ਪੰਥ ਤੇ ਅਕਾਲ ਤਖਤ ਸਾਹਿਬ ਖਾਫਨ ਰਾਜ ਹੋਇਆ ਸਭ ਤੋਂ ਵੱਡਾ ਜਿਹੜਾ ਦੋਸ਼ ਲੱਗਿਆ ਸੁਖਬੀਰ ਬਾਦਲ 'ਤੇ ਉਹਨਾਂ ਦੇ ਵਿੱਚੋਂ ਇੱਕ ਦੋਸ਼ ਇਹ ਸੀ ਡੇਰਾ ਸੱਚਾ ਸੋਦਾ ਦੇ ਰਾਮ ਰਹੀਮ ਦੇ ਪ੍ਰਤੀ ਨਰਮ ਰਵੱਈਆ ਰੱਖਿਆ ਸੀ ਤੁਹਾਨੂੰ ਪਤਾ ਹੀ ਹੋਣਾ ਡੇਰਾ ਸੱਚਾ ਸੋਦਾ ਤੇ ਸਿੱਖਾਂ ਦੇ ਵਿਚਾਰ ਇਹ ਜਿਹੜਾ ਵਿਵਾਦ ਹੈ ਇਹ ਕੋਈ ਨਵਾਂ ਵਿਵਾਦ ਨਹੀਂ ਹੈ राम रहीम ਦੇ ਉੱਤੇ ਦੋਸ਼ ਲੱਗੇ ਸਨ ਕਿ ਉਸ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਂਗੂ ਪੇਸ਼ ਕੀਤਾ ਸੀ ਇਹ ਚੀਜ਼ ਸਿੱਖ ਧਰਮ ਦੇ ਬਿਲਕੁਲ ਖਿਲਾਫ ਹੈ ਪਰ ਬਾਦਲ ਪਰਵਾਰ ਨੇ ਆਪਣੇ ਰਾਜਨੀਤਿਕ ਫਾਇਦਿਆਂ ਦੇ ਲਈ ਰਾਮ ਰਹੀਮ ਦੇ ਨਾਲ ਨੇੜਲੇ ਸੰਬੰਧ ਬਣਾ ਰੱਖੇ ਦੂਜਾ આરોਪ ਸੁਖਬੀਰ ਸਿੰਘ ਬਾਦਲ ਦੇ ਉੱਤੇ ਸੀ ਬਰਗਾੜੀ ਵਿਅਦਬੀ ਦਾ 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਅਦਬੀ ਹੁੰਦੀ ਹੈ ਇਸ ਤੋਂ ਬਾਅਦ ਸਿੱਖ ਸੰਗਤਾਂ ਸਿੱਖ ਪੰਥ ਸੜਕਾਂ ਦੇ ਉੱਤੇ ਉਤਰ ਆਉਂਦਾ ਹੈ ਰੋਸ ਦੇ ਵਜੋਂ ਜਦੋਂ ਸਿੱਖ ਸੰਗਤ ਸ਼ਾਂਤਮਈ ਬੈਠੀ ਰੋਸ ਪ੍ਰਦਰਸ਼ਨ ਕਰ ਰਹੀ ਹੁੰਦੀ ਹੈ ਤਾਂ ਉਹਨਾਂ ਉੱਪਰ ਪੁਲਸ ਵੱਲੋਂ ਗੋਲੀ ਬari ਕਰ ਦਿੱਤੀ ਜਾਂਦੀ ਹੈ ਇਸ ਗੋਲੀਆਂ ਦੇ ਦੌਰਾਨ ਦੋ ਸਿਕ ਨੌਜਵਾਨਾਂ ਦੀ ਉਥੇ ਮੌਤ ਹੋ ਜਾਂਦੀ ਹੈ ਇਸ ਉੱਪਰ ਸੁਖਵੀਰ ਬਾਦਲ ਤੇ ਇਲਜ਼ਾਮ ਲੱਗਦਾ ਵੀ ਉਸ ਨੇ ਪੀੜਤਾਂ ਨੂੰ ਇਨਸਾਫ ਨਹੀਂ ਦਿਵਾਇਆ ਇਸ ਮਾਮਲੇ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਤੀਜਾ ਸੁਖਵੀਰ ਬਾਦਲ ਦੇ ਉੱਤੇ આરોਪ ਸੀ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਲਾਉਂਦਾ ਇਹ ਸੁਮੇਧ ਸੈਣੀ ਉਹੀ ਹੈ ਜਿਸ ਦੇ ਉੱਤੇ ਫੇਕ ਸਿੱਖਾ ਦੇ ਐਨਕਾਊਂਟਰ ਦੇ ਇਲਜ਼ਾਮ ਲੱਗੇ ਸੀ ਅਕਾਲ ਤਖਤ ਸਾਹਿਬ ਨੇ ਡੀਜੀਪੀ ਦੀ ਨਿਯੁਕਤੀ ਨੂੰ ਵੀ ਗਲਤ ਆਖਿਆ ਸੀ ਕੁਝ ਦਿਨ ਪਹਿਲਾਂ ਹੀ ਇਹਨਾਂ ਸਾਰੇ ਅਰੋਪਾਂ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਇਹ ਫੈਸਲਾ ਪੰਜ ਤਖਤਾਂ ਦੇ ਜਥੇਦਾਰਾਂ ਦੀ ਬੈਠਕ ਤੋਂ ਬਾਅਦ ਲਿਆ ਗਿਆ ਸੀ। ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਤਾਂ ਹੁਣ ਇਹਨਾਂ ਸਾਰੇ ਦੋਸ਼ੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਸੁਣਾਈ ਗਈ ਹੈ। ਹੁਣ ਆਪਾਂ ਗੱਲ ਕਰਦੇ ਹਾਂ ਸਜ਼ਾ ਦੀ। ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਸਜ਼ਾ ਸੁਣਾਈ ਹੈ। ਦੋ ਦਿਨ ਜੋ ਸੁਖਬੀਰ ਬਾਦਲ ਵੱਲੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਨਿਭਾਈ ਗਈ ਹੈ ਡਿਊੜੀ ਦੇ ਬਾਹਰ ਖੜਕੇ ਸੇਵਾਦਾਰ ਦੇ ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਪੰਜਾਬ ਦੇ ਦੂਜੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲਈ ਕਿਹਾ ਗਿਆ ਇੱਕ ਗੁਰਦੁਆਰਾ ਸਾਹਿਬ ਨੇ ਕੇਸਗੜ ਸਾਹਿਬ ਤੇ ਫਤਿਹਗੜ ਸਾਹਿਬ ਖਾਸ ਗੱਲ ਇਹ ਹੈ ਕਿ ਇਸ ਦੌਰਾਨ ਸੁਖਬੀਰ ਬਾਦਲ ਦੇ ਗੱਲ ਵਿੱਚ ਦੋਸ਼ੀ ਵਾਲੀ ਤਖਤੀ ਵੀ ਲਟਕਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਸੁਖਬੀਰ ਬਾਦਲ ਨੂੰ ਪਹਿਲਾਂ ਟਾਇਲਟ ਸਾਫ਼ ਕਰਨ ਦੀ ਸਜ਼ਾ ਸੁਣਾਈ ਗਈ ਸੀ ਤਾਂ ਉਹਨਾਂ ਦੀ ਲੱਤ ਦੇ ਉੱਤੇ 60 ਲੱਗੀ ਹੋਣ ਕਰਕੇ ਉਹਨਾਂ ਦੀ ਸੇਵਾ ਜੋ ਬਦਲ ਦਿੱਤੀ ਗਈ ਸੀ ਹੁਣ ਤੁਸੀਂ ਆਪ ਸੋਚੋ ਪੰਜਾਬ ਦਾ ਐਡਾ ਵੱਡਾ ਨੇਤਾ ਜਿਸ ਦੇ ਪਿੱਛੇ ਲੱਖਾਂ ਦੀ ਸੰਖਿਆ ਦੇ ਵਿੱਚ ਸਮਰਥਕ ਹੋਣ ਉਹ ਅਕਾਲ ਤਖਤ ਦੇ ਸਾਹਮਣੇ ਸ਼ਰਿਆਮ ਖੜਕੇ ਸੰਗਤ ਦੇ ਵਿੱਚ ਆਪਣੀ ਕੀਤੀਆਂ ਗਲਤੀਆਂ ਮਾਫੀ ਮੰਗਦਾ ਹੈ ਹੁਣ ਸਵਾਲ ਏ ਹੁੰਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਕੋਲ ਇੰਨੀ ਵੱਡੀ ਪਾਵਰ ਕਿਸ ਤਰ੍ਹਾਂ ਆਉਂਦੀ ਹੈ ਅਕਾਲ ਤਖਤ ਸਾਹਿਬ ਦਾ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡਾ ਸਥਾਨ ਮੰਨਿਆ ਗਿਆ ਅਕਾਲ ਤਖਤ ਸਾਹਿਬ ਦੀ ਸਥਾਪਨਾ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ 1606 ਦੇ ਵਿੱਚ ਕੀਤੀ ਸੀ। ਇਸ ਦਾ ਮਤਲਬ ਹੈ ਕਿ ਅਕਾਲ ਤਖਤ ਜਿਹੜਾ ਕਿ ਕਦੇ ਵੀ ਖਤਮ ਨਹੀਂ ਹੋ ਸਕਦਾ। ਅਕਾਲ ਦਾ ਮਤਲਬ ਹੁੰਦਾ ਹੈ ਕਦੇ ਖਤਮ ਨਾ ਹੋਣ ਵਾਲਾ ਅਤੇ ਤਖਤ ਦਾ ਮਤਲਬ ਹੁੰਦਾ ਹੈ ਸੱਤਾ ਯਾਨੀ ਕਿ ਪਾਵਰ। ਅਕਾਲ ਤਖਤ ਸਾਹਿਬ ਸਿੱਖਾਂ ਲਈ ਕਾਨੂੰਨ ਬਣਾਉਂਦਾ ਹੈ ਤੇ ਹੁਕਮਨਾਮੇ ਜਾਰੀ ਕਰਦਾ ਹੈ ਅਤੇ ਉਹ ਸੁਹ ਹੁਕਮਨਾਮਾ ਸਾਹਿਬ ਹਰ ਕਿਸੇ ਨੂੰ ਮੰਨਣਾ ਪੈਂਦਾ ਹੈ। ਚਾਹੇ ਉਹ ਰਾਜਾ ਹੋਵੇ, ਚਾਹੇ ਔਰੰਗਜ਼ੇਬ ਹੋਵੇ। ਅਕਾਲ ਤਖਤ ਸਾਹਿਬ ਨੇ ਸਿੱਖਾਂ ਦੇ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਸਜ਼ਾ ਦਿੱਤੀ ਸੀ ਜਿਨ੍ਹਾਂ ਨੇ ਸਿੱਖ ਸਮਰਾਜ ਖੜਾ ਕੀਤਾ ਸੀ ਤਾਂ ਇੱਥੇ ਇਹ ਹੀ ਦਸਣਯੋਗ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਹੀ ਸਜ਼ਾ ਸੁਣਾ ਸਕਦਾ ਹੈ ਤਨਖਾਇਆ ਉਸ ਇਨਸਾਨ ਨੂੰ ਕਿਹਾ ਜਾਂਦਾ ਹੈ ਜਿਹੜਾ ਸਿੱਖ ਧਰਮ ਦੀ ਮਰਿਆਦਾ ਦੀ ਉਲੰਘਣਾ ਕਰਦਾ ਹੈ ਇਹ ਇੱਕ ਤਰ੍ਹਾਂ ਨਾਲ ਧਾਰਮਿਕ ਅਤੇ ਸਮਾਜਿਕ ਬਾਈਕਾਟ ਹੁੰਦਾ ਹੈ ਜਿਹੜਾ ਬੰਦਾ ਤਨਖਾਇਆ ਕਰਾਰ ਹੋ ਜਾਂਦਾ ਹੈ ਉਸ ਦੇ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਵੀ ਉਹ ਸਿੱਧਾ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਨਹੀਂ ਕਰ ਸਕਦਾ ਨਾਲੇ ਸਮਾਜਿਕ ਬਾਈਕਾਟ ਵੀ ਹੋ ਜਾਂਦਾ ਹੈ ਪਿਛਲੇ ਸਮਿਆਂ ਦੌਰਾਨ ਜਿਹੜਾ ਤਨਖਾਇਆ ਕਰਾਰ ਦਿੱਤਾ ਜਾਂਦਾ ਸੀ ਉਸ ਬੰਦੇ ਦੇ ਫੇਸ ਦੇ ਉੱਤੇ ਚਿਹਰੇ ਦੇ ਉੱਤੇ ਕਾਲਕ ਵੀ ਲਗਾਈ ਜਾਂਦੀ ਸੀ ਅਤੇ ਗੱਲ ਵਿੱਚ ਤਨਖਾਈਏ ਦੀ ਤਖਤੀ ਪਾ ਕੇ ਉਸ ਨੂੰ ਹਰ ਸਮੇਂ ਆਉਣਾ ਜਾਣਾ ਪੈਂਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਸਜ਼ਾ ਨਹੀਂ ਦਿੰਦਾ ਬਲਕਿ ਬੰਦੇ ਦੇ ਅੰਦਰ ਨੂੰ ਝੰਝੋੜ ਕੇ ਰੱਖ ਦਿੰਦਾ ਇਸ ਕਰਕੇ ਹੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਜ ਤੱਕ ਅਕਾਲ ਤਖਤ ਸਾਹਿਬ ਦਾ ਡਰ ਉਨਾ ਹੀ ਕਾਇਮ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਕਿਸੇ ਇਨਸਾਨ ਨੂੰ ਤਨਖਾਈਆ ਕਿਉਂ ਤੇ ਕਿਵੇਂ ਕਰਾਖ ਦਿੱਤਾ ਜਾਂਦਾ ਹੈ ਇਹ ਫੈਸਲਾ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਹੀ ਕਰ ਸਕਦਾ ਹੈ ਜੇਕਰ ਕੋਈ ਸਿੱਖ ਧਰਮ ਨਾਲ ਜੁੜਿਆ ਹੋਇਆ ਇਨਸਾਨ ਗਲਤੀ ਕਰਦਾ ਹੈ ਮर्यादा ਦੀ ਉਲੰਘਣਾ ਕਰਦਾ ਹੈ ਤੇ ਉਸ ਦੇ ਕੋਲ ਇੱਕ ਮੌਕਾ ਹੁੰਦਾ ਹੈ ਆਪਣੀ ਲੋਕਲ ਸਿੱਖ ਸੰਗਤ ਦੇ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਮੰਨ ਲਵੇ ਤਾਂ ਉਸ ਦੀ ਗਲਤੀ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਉਸ ਨੂੰ ਮੁੱਖ ਰੱਖਦੇ ਹੋਏ ਉਸ ਨੂੰ ਸਜ਼ਾ ਵੀ ਸੁਣਾਈ ਜਾਂਦੀ ਹੈ ਸਜ਼ਾ ਕਿਸ ਤਰ੍ਹਾਂ ਦੀ ਹੁੰਦੀ ਹੈ ਉਹ ਇਸ ਚੀਜ਼ ਦੇ ਉੱਤੇ ਨਿਰਭਰ ਕਰਦਾ ਹੈ ਕਿ ਗਲਤੀ ਕਿੰਨੀ ਕੁ ਵੱਡੀ ਹੈ ਸੱਚਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬੂਟ ਸਾਫ਼ ਕਰਨਾ ਫਰਸ਼ ਧੋਣਾ ਬਰਤਨ ਭਾਂਡੇ ਧੋਣਾ ਜਾਂ ਕਹਿ દਈਏ ਕਿ ਆਰਥਿਕ ਦੰਡ ਵੀ ਦੇ ਦਿੱਤਾ ਜਾਂਦਾ ਹੈ ਇਹ ਸਜ਼ਾਾਂ ਦਾ ਮਤਲਬ ਹੁੰਦਾ ਹੈ ਵੀ ਧਰਮ ਦੀਆਂ ਪਰੰਪਰਾਵਾਂ ਨੂੰ ਬਣਾ ਕੇ ਰੱਖਣਾ ਤੇ ਜੇ ਇਸ ਇਨਸਾਨ ਨੂੰ ਇਹ ਸਜ਼ਾ ਲਗਾਈ ਜਾਂਦੀ ਹੈ ਉਹ ਆਪਣਾ ਸਵੈ ਚਿੰਤਨ ਕਰੇ ਤਨਖਾਹਿਆ ਕਰਾਰ ਦਿੱਤੇ ਹੋਏ ਇਨਸਾਨ ਦੇ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਜਾਂਦੀਆਂ ਨੇ ਤੇ ਜਦੋਂ ਉਹ ਆਪਣੀ ਸਜ਼ਾ ਪੂਰੀ ਕਰ ਲੈਂਦਾ ਤਾਂ ਉਸ ਤੋਂ ਬਾਅਦ ਇਹ ਸਾਰੀ ਪਾਬੰਦੀਆਂ ਉੱਤੋਂ हट ਜਾਂਦੀਆਂ ਨੇ ਉਸ ਤੋਂ ਬਾਅਦ ਉਹ ਇਨਸਾਨ ਧਾਰਮਿਕ ਤੇ ਸਮਾਜਿਕ ਆਪਣੇ ਜੀਵਨ ਦੇ ਵਿੱਚ ਵਾਪਿਸ ਆ ਜਾਂਦਾ ਹੈ ਇਹ ਪੂਰੀ ਤੇ ਪੂਰੀ ਜੋ ਪ੍ਰਕਿਰਿਆ ਕੀਤੀ ਜਾਂਦੀ ਹੈ ਤੇ ਉਹ ਆਪਣੀ ਗਲਤੀ ਨੂੰ ਸੁਧਾਰ ਲਵੇ ਤੇ ਮर्यादा ਨੂੰ ਬਣਾਈ ਰੱਖਣ ਵਾਸਤੇ ਇਹ ਕੀਤੀ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਪਹਿਲੇ ਵੱਡੇ ਨੇਤਾ ਨਹੀਂ ਹਨ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਇਹ ਤਨਖਾਹ ਲੱਗੀ ਹੈ ਇਸ ਤੋਂ ਪਹਿਲਾਂ ਵੀ ਕਈ ਵੱਡੇ-ਵੱਡੇ ਨੇਤਾਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਨਖਾਹੀ ਅਕਰਾਰ ਦੇ ਚੁੱਕਿਆ ਹੈ ਜੇਸਤੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ 1979 ਦੇ ਵਿੱਚ ਜਗਦੇਵ ਸਿੰਘ ਤਲਵੰਡੀ ਸਾਬਕਾ ਮੁੱਖ ਮੰਤਰੀ ਜਗਦੀਪ ਸਿੰਘ ਬਰਨਾਲਾ ਕੈਪਟਨ ਅਮਰਿੰਦਰ ਸਿੰਘ ਵਰਗੇ ਨੇਤਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਤਨਖਾਈਆ ਕੋਸ਼ਿਸ਼ ਕੀਤਾ ਸੀ ਇਸ ਸਜ਼ਾ ਦੇ ਵਿੱਚ ਕੋਈ ਸਰੀਰਕ ਤਕਲੀਫ ਨਹੀਂ ਦਿੱਤੀ ਜਾਂਦੀ ਬਲਕਿ ਇਨਸਾਨ ਨੂੰ ਮਾਨਸਿਕ ਤੌਰ ਤੇ ਤਕਲੀਫ ਦਿੱਤੀ ਜਾਂਦੀ ਹੈ ਵੀ ਉਹ ਆਪਣੀ ਇਸ ਗਲਤੀ ਨੂੰ ਦੁਬਾਰਾ ਕਦੇ ਨਾ ਦੁਹਰਾਵੇ ਸੋ ਸੰਗਤ ਜੀ ਅਸੀ ਅੱਜ ਦੀ ਸਾਰੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਆਪ ਜੀ ਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਰੱਖਿਓ ਵੀ ਇਹ ਜੋ ਸੁਖਬੀਸ ਬਾਦਲ ਨੂੰ ਤਨਖਾਹ ਲਗਾਈ ਗਈ ਸੀ ਉਸ ਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਮਿਲਤੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ